ਕੰਜ਼ਰਵਟਿਵ ਪਾਰਟੀ ਦੇ ਵੱਲੋਂ ਸਿਹਤ ਸਬੰਧੀ ਪ੍ਰਾਈਵੇਟ ਸੈਕਟਰ ਸਬੰਧੀ ਜੋ ਬਿਆਨ ਦਿੱਤਾ ਗਿਆ ਉਸ ਤੇ ਬਾਰੇ ਦੱਸਾਂਗੇ ਤਾਂ ਜਸਟਿਨ ਟੂਡੋ ਦਾ ਦਾਵਾ ਕਿ ਕੰਜ਼ਰਵਟਿਵ ਪਾਰਟੀ ਸਿਹਤ ਸਿਸਟਮ ਨੂੰ ਪ੍ਰਾਈਵੇਟ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ ਜਿਸ ਦੇ ਨਾਲ ਜ਼ਿਆਦਾ ਪੈਸੇ ਦੇਣ ਵਾਲਾ ਪਹਿਲਾਂ ਇਲਾਜ ਲੈ ਸਕੇਗਾ ਇਮੀਗ੍ਰੇਸ਼ਨ ਵਿਭਾਗ ਨੇ ਅਫਗਾਨਿਸਤਾਨ ਨਿਵਾਸੀ ਤੇ ਉਹਨਾਂ ਦੇ ਕੈਨੇਡਾ ਵਿੱਚ ਬੈਠੇ ਪਰਿਵਾਰਾਂ ਦੇ ਲਈ ਸੰਪਰਕ ਵਾਸਤੇ ਜਾਣਕਾਰੀ ਸਾਂਝੀ ਕੀਤੀ ਹੈ ਦੱਸਾਂਗੇ ਕਿਵੇਂ ਉਹਨਾਂ ਦੇ ਵੱਲੋਂ ਮਦਦ ਲਈ ਜਾ ਸਕਦੀ ਹੈ ਛੋਟੇ ਬੱਚਿਆਂ ਦੇ ਚਬਾਉਣ ਦੇ ਲਈ ਹਾਲਮਾਰਕ ਕੰਪਨੀ ਦੇ ਹੀ ਟੀਥਰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਏ ਗਏ ਨੇ ਮਾਪਿਆਂ ਦੇ ਲਈ ਚੇਤਾਵਨੀ ਦੱਸਾਂਗੇ ਇਸ ਬਾਰੇ ਪੂਰੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਤੋਂ 마ਸਕ ਲਾਜ਼ਮੀ ਕਰਨ ਦਾ ਐਲਾਨ ਤਾਂ ਦੱਸਾਂਗੇ ਮੈਨੀਟੋਬਾ ਸਰਕਾਰ ਨੇ ਕਾਮਿਆਂ ਦੇ ਲਈ ਕੀ ਨਵਾਂ ਫੈਸਲਾ ਸੁਣਾਇਆ ਬ੍ਰਿਟਿਸ਼ ਕੋਲੰਬੀਆ ਵਿੱਚ ਗਰਮੀ ਦੌਰਾਨ ਕੈਂਪਫਾਇਰ ਦੇ ਉੱਤੇ ਲੱਗਿਆ ਹੋਇਆ ਬੈਨ ਤਾਂ ਵੀ ਕਈ ਲੋਕ ਅਜਿਹਾ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਤੁਹਾਡਾ ਪੀਐਨਸੀਐਨ ਦੇ ਉੱਤੇ ਸਵਾਗਤ ਹੈ ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲੀ ਖਬਰ ਕੇ ਇਸ ਸਮੇਂ ਜੋ ਬਹਿਸ ਚੜੀ ਹੋਈ ਹੈ ਕੈਨੇਡਾ ਵਿੱਚ ਸਿਹਤ ਸੇਵਾਵਾਂ ਦੇ ਸਬੰਧੀ ਕਿ ਲੋਕਾਂ ਨੂੰ ਜਿੱਥੇ ਇੱਕ ਪਾਸੇ ਲੰਮਾ ਜਰੂ ਡੀਕ ਕਰਨੀ ਪੈਂਦੀ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਕਈਆਂ ਨੇ ਖੋ ਵੀ ਦਿੱਤਾ ਕਿਉਂਕਿ ਉਹਨਾਂ ਨੂੰ ਸਹੀ ਸਮੇਂ ਦੇ ਉੱਤੇ ਉਹਨਾਂ ਦੀ ਕਿਸੇ ਦੀ ਸਰਜਰੀ ਨਹੀਂ ਹੋ ਸਕੀ ਜਾਂ ਕਿਸੇ ਨੂੰ ਸਹੀ ਇਲਾਜ ਨਹੀਂ ਮਿਲ ਸਕਿਆ ਕਿਉਂ ਜੋ ਲੰਮੀ ਉਡੀਕ ਉਹਨਾਂ ਨੂੰ ਕਰਨੀ ਪਈ ਇੱਕ ਪਾਸੇ ਲੋਕਾਂ ਦੀਆਂ ਜ਼ਿੰਦਗੀਆਂ दांव ਤੇ ਲੱਗ ਜਾਂਦੀਆਂ ਨੇ ਤਾਂ ਦੂਜੇ ਪਾਸੇ ਇਸੇ ਮੁੱਦੇ ਦੇ ਉੱਤੇ ਖੂਬ ਰਾਜਨੀਤੀ ਚੱਲ ਰਹੀ ਹੈ ਤੇ ਇਸ ਸਮੇਂ ਵੱਖ-ਵੱਖ ਰੀਆਂ ਪਾਰਟੀਆਂ ਰਾਜਨੀਤਿਕ ਪੱਧਰ ਦੇ ਉੱਤੇ ਵਾਅਦੇ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਇਸ ਸਮੇਂ ਵੋਟਾਂ ਇਕੱਠੀਆਂ ਕੀਤੀਆਂ ਜਾ ਸਕਣ ਲੋਕਾਂ ਨੂੰ ਇਸ ਸਮੇਂ ਇਹ ਮਹਿਸੂਸ ਕਰਵਾਇਆ ਜਾ ਸਕੇ ਕਿ ਸਿਹਤ ਸੇਵਾਵਾਂ ਸਬੰਧੀ ਤਾਂ ਉਹਨਾਂ ਦੇ ਵਾਸਤੇ ਫੈਸਲੇ ਉਹਨਾਂ ਦੀ ਪਾਰਟੀ ਹੀ ਵਧੀਆ ਤਰੀਕੇ ਨਾਲ ਲੈ ਸਕਦੀ ਹੈ ਤਾਂ ਕਿ ਉਹਨਾਂ ਨੂੰ ਜ਼ਿਆਦਾ ਵੋਟਾਂ ਮਿਲ ਜਾਣ ਤੇ ਇਸੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਵਾਅਦਾ ਕੀਤਾ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਸਿਹਤ ਸੇਵਾਵਾਂ ਸੰਬੰਧੀ ਜਿਹੜੀ ਮਦਦ ਹੈ ਉਸ ਨੂੰ ਵਧਿਆ ਕੀਤਾ ਜਾਵੇਗਾ ਸਹੂਲਤਾਂ ਨੂੰ ਵਧਿਆ ਕੀਤਾ ਜਾਵੇਗਾ ਜਿਸ ਦੇ ਵਿੱਚ ਪ੍ਰਾਈਵੇਟ ਸੈਕਟਰ ਦਾ ਵੀ ਜ਼ਿਕਰ ਕੀਤਾ ਗਿਆ 에ਰੇਨੋ ਟੂਲ ਦੇ ਵੱਲੋਂ ਜਿਹਾ ਕਿਹਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਇਸ ਮੁੱਦੇ ਦੇ ਉੱਤੇ ਸਪੱਸ਼ਟੀ ਵੀ ਦਿੱਤੀ ਹੈ ਕਿ ਆਖਿਰ ਉਹਨਾਂ ਦਾ ਇਹ ਕਹਿਣ ਦਾ ਮਤਲਬ ਕੀ ਸੀ ਕਿਉਂਕਿ ਲਿਬਰਲ ਸੇ ਵੱਲੋਂ ਉਹਨਾਂ ਦੇ ਉੱਤੇ ਨਿਸ਼ਾਨਾ ਧਾਰਿਆ ਗਿਆ ਇਸੇ ਨੂੰ ਲੈ ਕੇ let me be perfectly clear i 100% support our public and universal healthcare system. In fact, it's been the backbone we've relied on through the pandemic and the frontline workers in it. That's why in our plan, in Canada's recovery plan, we're giving an additional 60 billion dollars to secure that public healthcare system. What is very disappointing is in an election that was caused called by Mr. Trudeau in the midst of a fourth wave amidst fires in BC amidst the chaos in Afghanistan he's dividing and misleading Canadians on a daily basis and with their with their social media yesterday they're importing American style misleading politics I think Canadians deserve better than that. Canada <laughs> ਸਰਕਾਰੀ ਸਹੂਲਤਾਂ ਨੇ ਕਿ ਸਰਕਾਰੀ ਤੌਰ ਦੇ ਉਤੇ ਹੀ ਜਿੰਨੀ ਵੀ ਡਾਕਟਰ ਨੇ ਉਹਨਾਂ ਦੇ ਵੱਲੋਂ ਇਲਾਜ ਦਿੱਤਾ ਜਾਂਦਾ ਹੈ ਜਿੰਨੇ ਵੀ ਕਲੀਨਿਕ ਨੇ ਉਹ ਸਰਕਾਰੀ ਨੇ ਪ੍ਰਾਈਵੇਟ ਕਲੀਨਿਕ ਨਹੀਂ ਨਹੀਂ ਤੇ ਪ੍ਰਾਈਵੇਟ ਕਲੀਨਿਕ ਦੇ ਵਾਸਤੇ ਹਾਂ ਕੀਤੀ ਜਾ ਸਕਦੀ ਹੈ ਪ੍ਰਾਈਵੇਟ ਸੈਕਟਰ ਨੂੰ ਪਹਿਲ ਦਿੱਤੀ ਜਾ ਸਕਦੀ ਹੈ ਜਿਸ ਦੇ ਨਾਲ ਇਹ ਹੋਵੇਗਾ ਕਿ ਜਿਨ੍ਹਾਂ ਦੇ ਕੋਲ ਜ਼ਿਆਦਾ ਪੈਸਾ ਹੋਵੇਗਾ ਉਹਨਾਂ ਦੇ ਵਾਸਤੇ ਇਲਾਜ ਲੈਣਾ ਜ਼ਿਆਦਾ ਸੌਖਾ ਤੇ ਪਹਿਲ ਦੇ ਆਧਾਰ ਦੇ ਉੱਤੇ ਹੋ ਜਾਵੇਗਾ ਅਜਿਹਾ ਜਸਟਨ ਟਰੂਡੋ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਕੰਜ਼ਰਵੇਟਿਵਸ ਦੇ ਵੱਲੋਂ so after days of avoiding it, aaron o'toole confirmed he wants to bring private for-profit health care to canada. he said he supports choice in health care, which means letting the wealthiest pay to jump ahead in line. we believe in strengthening universal public health care for everyone. that's why we're investing in more doctors and nurses, shorter wait times, and better health care. conservative cuts would take us backwards. let's keep moving forward for everyone. ਤਾਂ ਉਧਰ ਕੰਜ਼ਰਵੇਟਿਵਸ ਨੇ ਸੋਦੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਇਹ ਕਹਿਣ ਦਾ ਮਤਲਬ ਨਹੀਂ ਸੀ ਜੋ ਲਿਬਰਲਸ ਦੇ ਵੱਲੋਂ ਇਸ ਦਾ ਮਤਲਬ ਕੱਢਿਆ ਜਾ ਰਿਹਾ ਹੈ ਤੇ ਕੈਨੇਡਾ ਵਾਸੀਆਂ ਨੂੰ ਕਿਹਾ ਜਾ ਰਿਹਾ ਹੈ ਇਸ ਵਿਚਾਰੇ ਨੋ ਟੂਲ ਨੇ ਕਿਹਾ ਕਿ ਉਹ ਕਹਿਣਾ ਚਾਹੁੰਦੇ ਸੀ ਕਿ ਇਸ ਸਮੇਂ ਜਿਹੜਾ ਸਿਸਟਮ ਹੈ ਉਹ ਵੀ ਬਹੁਤ ਵਧੀਆ ਹੈ ਪਰ ਜੇਕਰ ਸੂਬਿਆਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਨਿੱਜੀ ਸਿਸਟਮ ਸਿਹਤ ਸੇਵਾਵਾਂ ਨੂੰ ਲੈ ਕੇ ਲਿਆਂਦੇ ਜਾਣ ਦੇ ਉੱਤੇ ਕੋਈ ਕਦਮ ਚੁੱਕਿਆ ਜਾਂਦਾ ਤਾਂ ਉਸ ਦੇ ਰਾਹ ਦੇ ਵਿੱਚ ਨਹੀਂ ਆਉਣਗੇ ਇਸ ਸਬਾਰੇ ਐਰੀਨੋ ਟੂਲ ਨੇ ਅੱਜ ਬਿਆਨ ਦਿੱਤਾ ਇਸਨਾਲੇ ਹੁਣ ਅਗਲੀ ਖਬਰ ਦੇ ਵੇਲੇ ਰੁਕ ਕਰਾਂਗੇ ਕਿ ਜੋ ਕਾਬੁਲ ਦੇ ਵਿੱਚੋਂ ਅਫਗਾਨੀਆਂ ਨੂੰ ਕੱਢ ਕੇ ਲਿਉਣ ਤੇ ਨਾਲ ਹੀ ਉਹਨਾਂ ਦੀ ਮਦਦ ਕੀਤੇ ਜਾਣ ਦੇ ਬਾਰੇ ਕਦਮ ਚੁੱਕੇ ਜਾ ਰਹੇ ਨੇ ਉਸ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਈ ਫੋਨ ਨੰਬਰ ਤੇ ਨਾਲ ਹੀ ਈਮੇਲ ਜਾਰੀ ਕੀਤੇ ਗਏ ਨੇ ਇਸ ਸਮੇਂ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਸ ਤੇ ਵਿੱਚ ਅਫਗਾਨੀਆਂ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਜਿਹੜਾ ਕੈਨੇਡਾ ਵਿੱਚ ਲਿਆਂਦਾ ਜਾ ਸਕਦਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੈਲ ਦੇ ਆਧਾਰ ਦੇ ਉੱਤੇ ਉਹਨਾਂ ਦੇ ਪਰਿਵਾਰ ਉੱਥੇ ਤੋਂ ਕੱਢੇ ਜਾ ਸਕਦੇ ਨੇ ਜਿਸ ਦੇ ਵਾਸਤੇ ਕਈਆਂ ਦੇ ਵੱਲੋਂ ਪੈਸੇ ਦੀ ਮੰਗ ਕੀਤੀ ਗਈ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਇਹੋ ਜਿਹੇ ਕਿਸੇ ਵੀ ਵਿਅਕਤੀ ਉੱਤੇ ਯਕੀਨ ਨਾ ਕੀਤਾ ਜਾਵੇ ਜੋ ਪੈਸੇ ਮੰਗੇ ਇਸ ਕੰਮ ਦੇ ਵਾਸਤੇ ਕਿ ਮੋਟੀ ਰਕਮ ਦੇ ਕੇ ਤੁਸੀਂ ਇੱਥੇ ਇਸ ਤਰ੍ਹਾਂ ਆ ਸਕਦੇ ਹੋ ਤੇ ਅਜਿਹਾ ਬਿਲਕੁਲ ਵੀ ਨਹੀਂ ਹੈ ਜਿਸ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਖ-ਵੱਖਰੇ ਪੱਧਰ ਦੇ ਉੱਤੇ ਮਦਦ ਦੇ ਵਾਸਤੇ ਫੋਨ ਨੰਬਰ ਤੇ ਈਮੇਲ ਜਾਰੀ ਕੀਤੇ ਗਏ ਨੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਜੇਕਰ ਕੋਈ ਪਰਿਵਾਰ ਕੈਨੇਡਾ ਦੇ ਵਿੱਚ ਮੌਜੂਦ ਹੈ ਤੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੀ ਮਦਦ ਕਰਨਾ ਚਾਹੁੰਦਾ ਹੈ ਤੇ ਇਸ ਦੇ ਵਾਸਤੇ ਤੇ ਨਾਲ ਹੀ ਜਿਨ੍ਹਾਂ ਨੂੰ ਵੀ ਲੋੜ ਹੈ ਕਿ ਜੋ ਅਫਗਾਨੀ ਨੇ ਉਹਨਾਂ ਦੀ ਮਦਦ ਦੇ ਵਾਸਤੇ ਇਹ ਫੋਨ ਨੰਬਰ ਤੇ ਈਮੇਲ ਨੇ ਜਿੱਥੇ ਕੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਗਲੀ ਖਬਰ ਹੈ ਕੈਨੇਡਾ ਭਾਰ ਵਿੱਚ ਮਾਪਿਆਂ ਦੇ ਵਾਸਤੇ ਸਿਹਤ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਟੀਥਰ ਜੋ ਕਿ ਬੱਚਿਆਂ ਦੇ ਵੱਲੋਂ ਜਦੋਂ ਛੋਟੇ ਬੱਚਿਆਂ ਦੇ ਦੰਦ ਆਉਂਦੇ ਨੇ ਤਾਂ ਚਬਾਏ ਜਾਂਦੇ ਨੇ ਤਾਂ ਫਿਰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਹਾਲਮਾਰਕ ਬ੍ਰਾਂਡ ਦੇ ਇਹ ਟੀਥਰ ਨੇ ਜਿਹੜੇ ਕਿ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਏ ਗਏ ਨੇ ਜਿਸ ਤੇ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਕੈਨੇਡਾ ਭਰ ਵਿੱਚ 1200 ਤੋਂ ਵੱਧ ਇਹਨਾਂ ਦੀਆਂ ਯੂਨਿਟਸ ਵਿਕੀਆਂ ਨੇ ਇਸ ਤੇ ਬਾਰੇ ਦੋ ਮਾਮਲੇ ਜਿਹੇ ਸਾਹਮਣੇ ਆਏ ਨੇ ਹੁਣ ਤੱਕ ਜਿਸ ਤੇ ਵਿੱਚ ਜਦੋਂ ਬੱਚੇ ਦੇ ਵੱਲੋਂ ਇਸ ਨੂੰ ਚਬਾਇਆ ਜਾ ਰਿਹਾ ਸੀ ਤਾਂ ਉਹ ਲੱਕੜ ਹੈ ਜੋ ਉਹ ਬੱਚੇ ਦੇ ਮੂੰਹ ਦੇ ਵਿੱਚ ਟੁੱਟ ਗਈ ਇਸ ਦੇ ਨਾਲ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਤਰਾ ਇਹ ਬਣ ਸਕਦਾ ਹੈ ਕਿ ਬੱਚੇ ਨੂ ਸਾ ਲੈਂਡ ਵਿੱਚ ਦਿੱਕਤ ਆ ਸਕਦੀ ਹੈ ਜਾਂ ਫਿਰ ਇਹ ਲੱਕੜ ਹੈ ਜੋ ਬੱਚੇ ਦੇ ਗਲੇ ਵਿੱਚ ਫਸ ਸਕਦੀ ਹੈ ਟੁੱਟ ਕੇ ਜਿਸ ਕਰਕੇ ਇਸ ਨੂੰ ਤੁਰੰਤ ਸੁੱਟ ਦਿੱਤਾ ਜਾਵੇ ਜਾਂ ਵਾਪਸ ਕਰ ਦਿੱਤਾ ਜਾਵੇ ਜੇਕਰ ਤੁਸੀਂ ਆਪਣੇ ਬੱਚੇ ਦੇ ਲਈ ਇਹ ਟੀਥਰ ਖਰੀਦੇ ਨੇ ਇਹ ਬੱਚੇ ਦੇ ਲਈ ਹਾਨੀਕਾਰਕ ਸਾਬਤ ਹੋ ਸਕਦੇ ਨੇ ਤਉਦਰ ਬ੍ਰਿਟਿਸ਼ ਕੋਲੰਬੀਆ ਤੋਂ ਸਿਹਤ ਅਧਿਕਾਰੀ ਨੇ ਜਿੱਥੇ ਇੱਕ ਪਾਸੇ ਕੱਲ ਟੀਕੇ ਲਾਜ਼ਮੀ ਕੀਤੇ ਜਾਣ ਦੇ ਬਾਰੇ ਵੱਖ-ਵੱਖਰੀਆਂ ਥਾਵਾਂ ਦੇ ਵਾਸਤੇ ਐਲਾਨ ਕੀਤਾ ਤੇ ਅੱਜ ਇਹ ਐਲਾਨ ਕੀਤਾ ਗਿਆ ਕਿ ਜਿੰਨੇ ਵੀ ਇਨਡੋਰ ਥਾਵਾਂ ਨੇ ਉਹਨਾਂ ਦੇ ਵਾਸਤੇ ਮਾਸਕ ਪਾਉਣੇ ਮੁਰ ਤੋਂ ਲਾਜ਼ਮੀ ਕਰ ਦਿੱਤੇ ਗਏ ਨੇ ਤਉਦਰ ਮੈਨੀਟੋਬਾ ਦੇ ਵੱਲੋਂ ਵੀ ਫੈਸਲਾ ਲਿਆ ਜਾ ਰਿਹਾ ਹੈ ਜਿਸ ਦੇ ਵਿੱਚ ਜਿਹੜੇ ਕਿ ਸੂਬੇ ਅਧੀਨ ਆਉਂਦੇ ਸਰਕਾਰੀ ਕੰਮੇ ਨੇ ਖਾਸ ਤੌਰ ਤੇ ਉਹਨਾਂ ਦੇ ਵਾਸਤੇ 31 ਅਕਤੂਬਰ ਤੋਂ ਪਹਿਲਾਂ ਕੋਵਿਡ-19 ਦੇ ਟੀਕੇ ਲਗਵਾਉਣੇ ਲਾਜ਼ਮੀ ਹੋਣਗੇ ਜਿਨ੍ਹਾਂ ਦੇ ਵਾਸਤੇ ਫੈਸਲਾ ਲਿਆ ਜਾ ਰਿਹਾ ਹੈ ਤੇ ਨਾਲ ਹੀ ਮਾਸਕ ਪਾਉਣ ਨੂੰ ਲੈ ਕੇ ਵੀ ਦੁਬਾਰਾ ਕਈ ਹਦਾਇਤਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਵਿੱਚ ਜਿੱਥੇ ਇੱਕ ਪਾਸੇ ਕਰੀਬ 250 ਥਾਵਾਂ ਦੇ ਉੱਤੇ ਜੰਗਲਾਂ ਨੂੰ ਅੱਗ ਲੱਗੀ ਹੋਈ ਹੈ ਤੇ ਲੋਕਾਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਅਣਗਹਿਲੀ ਨਾ ਵਰਤੀ ਜਾਵੇ ਜੇਕਰ ਤੁਸੀਂ ਕਿਤੇ ਘੁੰਮਣ ਜਾਂਦੇ ਹੋ ਤਾਂ ਕੈਂਪ ਫਾਇਰ ਨਾ ਲਗਾਈ ਜਾਵੇ ਪਰ ਫੇਰ ਵੀ ਬ੍ਰਿਟਿਸ਼ ਕੋਲੰਬੀਆ ਤੋਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਸਮੇਂ ਦੇ ਵਿੱਚ ਹੀ ਦਰਜਨ ਤੋਂ ਵੱਧ ਅਜਿਹੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਨੇ ਜਿਸ ਦੇ ਵਿੱਚ ਕੈਂਪ ਫਾਇਰ ਲੋਕਾਂ ਦੇ ਵੱਲੋਂ ਲਗਾਈ ਗਈ ਕਿਉਂਕਿ ਹੁਣ ਹਰ ਥਾਂ ਦੇ ਉੱਤੇ ਜਾ ਕੇ ਤਾਂ ਅਧਿਕਾਰੀ ਦੇਖ ਨਹੀਂ ਸਕਦੇ ਜੰਗਲਾਂ ਦੇ ਵਿੱਚ ਤੇ ਹੋਰ ਥਾਵਾਂ ਤੇ ਜਿੱਥੇ ਲੋਕ ਘੁੰਮਣ ਜਾਂਦੇ ਨੇ ਤੇ ਆਪਣੀ ਮਰਜ਼ੀ ਦੇ ਨਾਲ ਕਈ ਥਾਵਾਂ ਦੇ ਉੱਤੇ ਕੈਂਪ ਫਾਇਰ ਲਗਾ ਰਹੇ ਨੇ ਇਹ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ ਇਸ ਸਮੇਂ ਜੋ ਅੱਗਾਂ ਲੱਗੀਆਂ ਹੋਈਆਂ ਨੇ ਉਸ ਤੋਂ ਬਚਾਉਣ ਦੇ ਵਾਸਤੇ ਆਮ ਲੋਕਾਂ ਨੂੰ ਤਾਂ ਘਰ ਖਾਲੀ ਕਰਵਾਏ ਜਾ ਰਹੇ ਨੇ ਉਹਨਾਂ ਥਾਵਾਂ ਤੋਂ ਕੱਢਿਆ ਜਾ ਰਿਹਾ ਹੈ ਪਰ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਜਾਨਵਰ ਇਹਨਾਂ ਅੱਗਾਂ ਦੇ ਕਰਕੇ ਆਪਣਾ ਦਮ ਤੋੜ ਚੁੱਕੇ ਨੇ ਜਿਨ੍ਹਾਂ ਦੀ ਲਗਾਤਾਰ ਮੌਤ ਹੋ ਰਹੀ ਹੈ ਉਨ੍ਹਾਂ ਦੀ ਹਜੇ ਤੱਕ ਕੋਈ ਵੀ ਗਿਣਤੀ ਤੱਕ ਨਹੀਂ ਸਾਹਮਣੇ ਆ ਰਹੀ ਕਿਉਂਕਿ ਜਿੰਨੀ ਗਿਣਤੀ ਦੇ ਵਿੱਚ ਇਸ ਸਮੇਂ ਅੱਗਾਂ ਲੱਗੀਆਂ ਹੋਈਆਂ ਨੇ ਅੱਗਾਂ ਨੂੰ ਬੁਝਾਉਣ ਦੇ ਉੱਤੇ ਸਾਰਿਆਂ ਦਾ ਧਿਆਨ ਕੇਂਦਰਿਤ ਹੈ ਤਾਂ 60 ਥਾਵਾਂ ਅਜਹੀਆਂ ਨੇ ਜਿੱਥੇ ਤੋਂ ਲੋਕਾਂ ਨੂੰ ਘਰ ਖਾਲੀ ਕਰਨ ਦੇ ਵਾਸਤੇ ਵੀ ਕਿਹਾ ਗਿਆ ਤਾਂ ਇੱਕ ਛੋਟੀ ਜਿਹੀ ਲਾਪਰਵਾਹੀ ਕਿੰਨੀਆਂ ਜਾਨਾਂ ਦੇ ਵਾਸਤੇ ਖਤਰਨਾਕ ਹੋ ਸਕਦੀ ਹੈ ਇਸ ਤੇ ਚੇਤਾਵਨੀ ਲਗਾਤਾਰ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਲਾਪਰਵਾਹੀ ਨਾ ਕੀਤੀ ਜਾਵੇ ਅੱਗਾਂ ਲਾਉਣ ਤੇ ਬੈਨ ਲੱਗਿਆ ਹੋਇਆ ਹੈ ਤਾਂ ਉਸ ਨੂੰ ਮੰਨਿਆ ਜਾਵੇ ਅਗਲੀ ਖਬਰ ਹੈ ਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਦੇ ਟੀਕੇ ਕਈ ਥਾਵਾਂ ਦੇ ਵਾਸਤੇ ਲਾਜ਼ਮੀ ਕਰ ਦਿੱਤੇ ਗਏ ਨੇ ਤੇ ਆਉਂਦੀਆਂ ਕੁਝ ਤਰੀਕਾਂ ਵੀ ਮਿੱਥੀਆਂ ਗਈਆਂ ਨੇ ਜਿਸ ਤੋਂ ਪਹਿਲਾਂ ਕੋਵਿਡ-19 ਦੇ ਟੀਕੇ ਲੱਗੇ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਕਿਤੇ ਗੈਰ ਜ਼ਰੂਰੀ ਵਪਾਰ ਦੇ ਉੱਤੇ ਜਾਣਾ ਜਾਂ ਕਿਸੇ ਸਮਾਗਮ ਦੇ ਵਿੱਚ ਹਿੱਸਾ ਲੈਣਾ ਜਾਂ ਕਿਤੇ ਵੀ ਅਜਿਹੀ ਥਾਂ ਦੇ ਉੱਤੇ ਹਿੱਸਾ ਲੈਣਾ ਜਿੱਥੇ ਇਕੱਠ ਹੋਵੇ ਤਾਂ ਟੀਕੇ ਲੱਗੇ ਹੋਣੇ ਚਾਹੀਦੇ ਨੇ ਇਸ ਦੇ ਵਿੱਚ ਇਹ ਹੈ ਕਿ ਇਹ ਹਮੇਸ਼ਾ ਵਾਸਤੇ ਨਹੀਂ ਹੋਇਆ ਕਰੀਬ 1 ਸਾਲ ਦੇ ਸਮੇਂ ਦੇ ਵਾਸਤੇ ਇਹ ਲਾਗੂ ਰਹੇਗਾ ਜਿਸ ਸਵਾਰਿਸ ਸਿਹਤ ਅਧਿਕਾਰੀ ਬੋਨੀ ਹੈਂਡਰੀ ਨੇ ਕਿਹਾ ਜਿਸ ਵਿੱਚ ਜਿਹੜੇ ਟੀਕੇ ਨਹੀਂ ਉਹ ਲੱਗੇ ਹੋਣਗੇ ਜਿਨ੍ਹਾਂ ਦੇ ਉਹ ਹੀ ਉਹ ਸਹੂਲਤਾਂ ਲੈ ਸਕਣਗੇ ਜਿਵੇਂ ਜਿਮ ਜਾਣਾ ਜਾਂ ਫਿਰ ਫਿਟਨੈਸ ਨਾਲ ਸੰਬੰਧਿਤ ਕੋਈ ਹੋਰ ਸਹੂਲਤ ਲੈਣੀ ਹੈ ਜਿੱਥੇ ਕਿ ਜ਼ਿਆਦਾ ਗਿਣਤੀ ਚ ਲੋਕ ਆਉਂਦੇ ਨੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਜਾਣਾ ਅੰਦਰ ਬੈ ਕੇ ਜਾਂ ਫਿਰ ਕਿਸੇ ਪੈਟੀਓ ਚ ਬੈ ਕੇ ਵੀ ਖਾਣਾ ਖਾਣਾ ਤਾਂ ਟੀਕੇ ਲੱਗੇ ਹੋਣੇ ਲਾਜ਼ਮੀ ਹੋਣਗੇ ਪਰ ਜੇਕਰ ਤੁਸੀਂ ਟੀਕੇ ਨਹੀਂ ਲਗਵਾਏ ਹੋਏ ਤਾਂ ਤਕਰੀਬ ਇੱਕ ਸਾਲ ਤੱਕ ਤੁਸੀਂ ਰੈਸਟੋਰੈਂਟ ਵਿੱਚ ਬੈ ਕੇ ਖਾਣਾ ਨਹੀਂ ਖਾ ਸਕੋਗੇ ਕੁਝ ਅਜਿਹੇ ਅਧਿਕਾਰੀ ਦੇ ਵੱਲੋਂ ਕਿਹਾ ਗਿਆ ਹੈ ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਸੱਚ ਰਹਿ ਕਾਲ